ਸਤਿ ਸ਼੍ਰੀ ਅਕਾਲ ਜੀ। ਕੈਨੇਡਾ ਆਉਣ ਵਾਲੇ ਕੁਝ ਐਸੈਂਸ਼ੀਅਲ ਵਰਕਰਸ ਨੂੰ ਹੁਣ ਵਰਕ ਪਰਮਿਟ ਦੀ ਜ਼ਰੂਰਤ ਨਹੀਂ ਹੋਵੇਗੀ। ਜੀ ਹਾਂ, ਇਹਨਾਂ ਆਉਣ ਵਾਲੇ ਵਰਕਰਸ ਨੂੰ ਵਰਕ ਪਰਮਿਟ ਅਤੇ ਕੁਆਰੰਟਾਈਨ ਤੋਂ ਛੋਟ ਮਿਲ ਸਕਦੀ ਹੈ। ਜਿਹੜੇ ਕੁਝ ਫੋਰਨ ਵਰਕਰ ਕੈਨੇਡਾ ਦੇ ਵਿੱਚ ਐਸੈਂਸ਼ੀਅਲ ਆਕੂਪੇਸ਼ਨਸ ਦੇ ਵਾਸਤੇ ਆਉਣਾ ਚਾਹੁੰਦੇ ਹਨ, ਉਹਨਾਂ ਨੂੰ ਜਾਂ ਤਾਂ ਟੈਂਪਰੇਰੀ ਰੈਜ਼ੀਡੈਂਟ ਵੀਜ਼ਾ ਦੀ ਜ਼ਰੂਰਤ ਹੋਵੇਗੀ ਜਾਂ ਫਿਰ ਇਲੈਕਟ੍ਰੋਨਿਕ ਟਰੈਵਲ ਆਥੋਰਾਈਜੇਸ਼ਨਸ ਦੀ। ਇਸ ਦੇ ਨਾਲ ਉਹ ਕੈਨੇਡਾ ਦੇ ਵਿੱਚ ਕੰਮ ਕਰ ਸਕਦੇ ਹਨ। ਇਸ ਤੋਂ ਇਲਾਵਾ ਉਹਨਾਂ ਨੂੰ ਵਰਕ ਪਰਮਿਟ ਦੀ ਜ਼ਰੂਰਤ ਨਹੀਂ ਹੋਵੇਗੀ। ਜਿਹੜੇ ਫੋਰਨ ਵਰਕਰ ਕੈਨੇਡਾ ਦੇ ਵਿੱਚ ਕ੍ਰਿਟੀਕਲ ਇਨਫਰਾਸਟ੍ਰਕਚਰ ਨੂੰ ਸਪੋਰਟ ਕਰਨ ਦੇ ਵਾਸਤੇ ਆ ਰਹੇ ਹਨ, ਉਹਨਾਂ ਨੂੰ ਨਾ ਤਾਂ ਵਰਕ ਪਰਮਿਟ ਦੀ ਜ਼ਰੂਰਤ ਹੋਵੇਗੀ ਅਤੇ ਨਾ ਹੀ 14 ਦਿਨ ਦੇ ਵਾਸਤੇ ਉਹਨਾਂ ਨੂੰ ਕੁਆਰੰਟਾਈਨ ਕਰਨਾ ਪਵੇਗਾ। ਇਸ ਦੇ ਨਾਲ ਹੀ ਦੱਸ ਦਈਏ ਜੋ ਕੈਨੇਡਾ ਦੇ ਵੱਲੋਂ ਨਵੇਂ ਨਿਯਮਾਂ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਦੇ ਮੁਤਾਬਕ ਕੈਨੇਡਾ ਆਉਣ ਵਾਲੇ ਹਰ ਟਰੈਵਲਰ ਨੂੰ 3 ਦਿਨ ਦੇ ਲਈ ਆਪਣੇ ਖਰਚੇ ਦੇ ਉੱਤੇ ਹੋਟਲ ਰਹਿਣ ਤੋਂ ਵੀ ਇਹਨਾਂ ਲੋਕਾਂ ਨੂੰ ਰਾਹਤ ਦਿੱਤੀ ਗਈ ਹੈ। ਜਿਨ੍ਹਾਂ ਫੋਰਨ ਵਰਕਰ ਨੂੰ ਇਸ ਸਭ ਤੋਂ ਐਕਸੈਪਟ ਕੀਤਾ ਗਿਆ ਹੈ ਉਹ ਹਨ ਐਮਰਜੈਂਸੀ ਅਤੇ ਮੈਡੀਕਲ ਸਰਵਿਸ ਪ੍ਰੋਵਾਈਡਰ, ਇੰਡੀਵਿਜੁਅਲ ਅਲਾਊਡ ਟੂ ਵਰਕ ਐਜ਼ ਏ ਸਟੂਡੈਂਟ ਇਨ ਏ ਹੈਲਥ ਫੀਲਡ, ਜਿਵੇਂ ਕਿ ਮੈਡੀਕਲ ਜਾਂ ਫਿਰ ਕਲੀਨਿਕਲ ਕਲਰਕ, ਵਰਕਰਸ ਇਨ ਮੈਰੀਨ ਟਰਾਂਸਪੋਰਟ ਸੈਕਟਰ, ਇੰਡੀਵਿਜੁਅਲਸ ਹੂ ਆਰ ਡਿਲੀਵਰਿੰਗ, ਮੈਂਟੇਨਿੰਗ ਔਰ ਰਿਪੇਅਰਿੰਗ ਮੈਡੀਕਲੀ ਨੈਸੈਸਰੀ ਇਕੁਇਪਮੈਂਟਸ ਔਰ ਡਿਵਾਈਸਿਸ, ਇੰਡੀਵਿਜੁਅਲਸ ਹੂ ਆਰ ਮੇਕਿੰਗ ਮੈਡੀਕਲ ਡਿਲੀਵਰੀਜ ਆਫ ਸੈਲਸ, ਬਲੱਡ ਐਂਡ ਬਲੱਡ ਪ੍ਰੋਡਕਟਸ, ਟਿਸ਼ੂਜ, ਔਰਗਨਸ ਐਂਡ ਅਦਰ ਬੋਡੀ ਪਾਰਟਸ, ਇੰਡੀਵਿਜੁਅਲਸ ਪ੍ਰੋਵਾਈਡਿੰਗ ਐਜ ਐਨ ਅਸੈਂਸ਼ੀਅਲ ਸਰਵਿਸ ਵਾਇਲ ਇਨ ਕੈਨੇਡਾ ਐਜ਼ ਡਿਟਰਮਾਈਂਡ ਬਾਏ ਦਾ ਚੀਫ ਪਬਲਿਕ ਹੈਲਥ ਆਫਿਸਰ। ਉਹ ਵਿਅਕਤੀ ਜਿਹੜੇ ਕਿ ਕੈਨੇਡਾ ਦੇ ਵਿੱਚ ਅਸੈਂਸ਼ੀਅਲ ਸਰਵਿਸ ਪ੍ਰੋਵਾਈਡ ਕਰਵਾ ਰਹੇ ਹਨ, ਉਹਨਾਂ ਨੂੰ ਨਾ ਤਾਂ ਹੋਟਲ ਦੇ ਵਿੱਚ ਕੁਆਰੰਟਾਈਨ ਕਰਨਾ ਪਵੇਗਾ ਅਤੇ ਨਾ ਹੀ ਉਹਨਾਂ ਨੂੰ ਵਰਕ ਪਰਮਿਟ ਦੀ ਜ਼ਰੂਰਤ ਹੋਵੇਗੀ। ਸਾਡੇ ਵੱਲੋਂ ਤੁਹਾਨੂੰ ਬੇਨਤੀ ਹੈ ਕਿ ਜ਼ਿਆਦਾ ਜਾਣਕਾਰੀ ਲਈ ਇੱਕ ਵਾਰ ਕੈਨੇਡਾ ਸਰਕਾਰ ਦੀ ਆਫੀਸ਼ੀਅਲ ਵੈਬਸਾਈਟ ਉੱਤੇ ਜ਼ਰੂਰ ਵਿਜ਼ਿਟ ਕਰ ਲਵੋ। ਬਿਊਰੋ ਰਿਪੋਰਟ, ਖਬਰ ਪੰਜਾਬੀ।